ਹਾਂਜੀ 11ਵੀਂ ਕਲਾਸ ਦੇ ਸਟੂਡੈਂਟਸ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜਾ ਤੁਹਾਡਾ ਕੱਲ ਨੂੰ ਪੇਪਰ ਹੋਣਾ ਹੈਗਾ ਜਨਰਲ ਇੰਗਲਿਸ਼ ਦਾ ਉਸ ਪੇਪਰ ਦੀ ਰਿਵੀਜ਼ਨ ਦੇ ਲਈ ਅਸੀਂ ਇੱਕ ਇਹ ਪੇਪਰ ਲੈ ਕੇ ਆਏਗੇ ਇਸ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਣਾ ਅਤੇ ਜਿੰਨੇ ਵੀ ਕਵਨਸ਼ਨ ਨੇਗੇ ਇਸ ਵੀਡੀਓ ਵਿੱਚ ਤੁਹਾਨੂੰ ਕੱਲੇ-ਕੱਲੇ ਕਵਨਸ਼ਨ ਦਾ ਆਨਸਰ ਦੱਸਿਆ ਜਾਊਗਾ ਅਦੇ ਤੁਹਾਨੂੰ ਇਸ ਪੇਪਰ ਤੋਂ ਇਸ ਤਰ੍ਹਾਂ ਪਤਾ ਲੱਗ ਜੂਏ ਵੀ ਨਾਲ ਕੱਲ ਨੂੰ ਤੁਹਾਨੂੰ ਕਿੰਨੇ ਨੰਬਰ ਦੇ ਕਿਹੜੇ ਕਵਨਸ਼ਨ ਆਉਣਗੇ ਅਤੇ ਕਿਸ ਤਰ੍ਹਾਂ ਜਿਹੜਾ ਤੁਹਾਡਾ ਪੇਪਰ ਹੈਗਾ ਅੱਜ ਇਸ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਣਾ ਇਹ ਕੱਲ ਦੇ ਲਈ ਪੇਪਰ ਹੈਗਾ ਇੱਕ ਠੀਕ ਹੈ ਜੀ ਇਸ ਵੀਡੀ ਠੀਕ ਹੈ ਜੀ ਤਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਅੱਗੇ ਵੀ ਜਿਹੜੇ ਤੁਹਾਡੇ ਪੇਪਰ ਹੋਣੇ ਨੇ ਉਹਨਾਂ ਦੇ ਵਿੱਚ ਵੀ ਤੁਹਾਡੀ ਜਿਹੜੀ ਫੁੱਲ ਹੈਲਪ ਕਰਵਾਈ ਜਾਊਗੀ ਸਾਡੇ ਵੱਲੋਂ ਤਾਂ ਅੱਜ ਦੀ ਇਸ ਵੀਡੀਓ ਨੂੰ ਆਪਾਂ ਬਿਨਾਂ ਟਾਈਮ ਵੇਸਟ ਕੀਤੇ ਹੋਏ ਸ਼ੁਰੂ ਕਰਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਦੇਖ ਸਕਦੇ ਹੋਗੇ ਇਹ ਤੁਹਾਡਾ 80 ਨੰਬਰ ਦਾ ਪੇਪਰ ਹੈਗਾ ਸੈਕਸ਼ਨ A ਸੈਕਸ਼ਨ A ਦੇਖ ਸਕਦੇ ਹੋ ਤੁਸੀਂ ਕੰਪਰੀਹੈਂਸ਼ਨ ਆ ਰਿਹਾ ਪਹਿਲਾਂ 10 ਨੰਬਰ ਦਾ ਇਹ ਜਿਹੜਾ ਪੈਰਾ ਹੁੰਦਾ ਤੁਸੀਂ ਨੇ ਸਭ ਤੋਂ ਪਹਿਲਾਂ ਪੈਰੇ ਨੂੰ ਪੜ੍ਹਨਾ ਉਸ ਤੋਂ ਬਾਅਦ ਨੀਚੇ ਦਿੱਤੇ ਗਏ ਕੌਨਸਟੈਂਟ ਨੂੰ ਆਂਸਰ ਦੇਣੇ ਆ ਪਹਿਲਾ ਪੈਰਾ ਪਰ ਉਹ ਐ ਨਹੀਂ ਕਰਨਾ ਕਿ ਨਾ ਪਹਿਲਾ ਕੁਐਸਚਨ ਪੜ੍ਹਦੇ ਪਹਿਲਾ ਪੈੜਾ ਪੜ੍ਹਨਾ ਫਿਰ ਕੁਐਸਚਨਾਂ ਦੇ ਆਨਸਰ ਦੇਣੇ ਆ ਤੁਹਾਨੂੰ ਫਿਰ ਆਸਾਨੀ ਦੇ ਨਾਲ ਇਹ ਜਿਹੜੇ ਹੈਗੇ ਨੇ ਆਨਸਰ ਉਹ ਮਿਲ ਜਾਣਗੇ ਜਿਵੇਂ ਕਿ ਸਟਾਰਟਿੰਗ ਤੋਂ ਆ ਰਿਹਾ ਪਹਿਲਾ ਕੁਐਸਚਨ ਅਰਥ ਡੇ ਇਜ਼ ਐਨ ਇਨਵੈਂਟ ਠੀਕ ਹੈ ਜੀ ਕਿਹੜੀ ਐਨ ਇਨਵੈਂਟ ਮਨਥਲੀ ਬਾਇਮਨਥਲੀ ਜਾਂ ਬਿਨੀਅਲ ਜਾਂ ਐਨੂਅਲ ਤਾਂ ਇਹ ਆ ਜਿਹੜੀ ਇਹ ਐਨੂਅਲ ਆ ਠੀਕ ਹੈ ਜੀ ਐਨੂਅਲ ਤਾਂ ਇਹ ਆਨਸਰ ਲਿਖ ਲਓ ਇਸ ਦਾ ਐਨੂਅਲ ਅਗਲਾ ਪ੍ਰਸ਼ਨ ਹੈਗਾ ਆਪਣੇ ਕੋਲ ਇੱਥੇ ਵੀ ਲਿਖਿਆ ਹੋਇਆ ਐਨੂਅਲ ਇਵੈਂਟ ਦੂਜਾ ਕੁਐਸਚਨ ਆ ਇਟ ਵਾਸ ਫਾਊਂਡ ਇਨ ਫਾਊਂਡ ਹੋਇਆ ਸੀ ਇਹ ਹੋਇਆ ਸੀਗਾ 1969 ਦੇ ਵਿੱਚ ਇੱਥੇ ਲਿਖਿਆ ਹੋਇਆ ਇਟ ਵਾਸ ਫਾਊਂਡ ਇਨ 1969 ਅਗਲਾ ਪ੍ਰਸ਼ਨ ਆਏਗਾ ਆਪਣੇ ਕੋਲੇ ਤੀਜਾ ਤੀਜਾ ਕੀ ਕਹਿ ਰਿਹਾ ਹੂ ਇੰਟਰਡਿਊਸ ਦਾ ਆਈਡੀਆ ਆਫ ਗਲੋਬਲੀ ਹੌਲੀਡੇ ਕਿਸ ਨੇ ਜਿਹੜਾ ਇੰਟਰਡਿਊਸ ਕੀਤਾ ਸੀਗਾ ਆਈਡੀਆ ਗਲੋਬਲ ਹੌਲੀਡੇ ਦਾ ਤਾਂ ਉਹ ਇਹਨਾਂ ਦੇ ਵਿੱਚੋਂ ਕਿਸਦਾ ਨਾਮ ਆਗਾ ਠੀਕ ਹੈ ਜੀ ਉਸ ਦਾ ਆਨਸਰ ਆਗਾ ਤਾਂ ਜਿਹੜਾ ਇਹਨਾਂ ਦੇ ਵਿੱਚ ਆਨਸਰ ਆਊ ਆਊਗਾ ਜੋਹਨ ਮੈਕਕੋਨਲ ਠੀਕ ਹੈ ਜੀ ਮੈਕਕੋਨਲ ਇਸ ਦਾ ਆਨਸਰ ਹੈ ਫੋਰਥ ਹੈਗਾ ਦਾ ਫਸਟ ਅਰਥ ਡੇ ਸੈਲੀਬ੍ਰੇਟਡ ਵਾਸ ਇਨ ਪਹਿਲਾ ਅਰਥ ਡੇ ਕਿਦੋਂ ਬਣਾਇਆ ਗਿਆ ਸੀਗਾ ਕਿਹੜੇ ਸਾਲ ਦੇ ਵਿੱਚ ਬਣਾਇਆ ਗਿਆ ਸੀਗਾ ਤਾਂ ਉਹ ਬਣਾਇਆ ਗਿਆ ਸੀਗਾ 1970 ਦੇ ਵਿੱਚ ਇੱਥੇ ਲਿਖਿਆ ਵੀ ਹੋਊਗਾ ਉੱਤੇ ਆਨਸਰ ਉਹ ਤੁਸੀਂ ਦੇਖ ਲੈਣਾ ਪੈਰੇ ਨੂੰ ਦੇਖ ਕੇ ਇਨ ਹਾਊ ਮੈਨੀ ਕੰਟਰੀਜ਼ ਇਜ਼ ਅਰਥ ਡੇ ਅਬਜ਼ਰਵਡ ਕਿੰਨੀਆਂ ਕੰਟਰੀ ਦੇ ਵਿੱਚ ਠੀਕ ਹੈ ਜਿਹੜਾ ਅਰਥ ਡੇ ਸੀਗਾ ਉਹ ਅਬਜ਼ਰਵ ਹੋਇਆ ਸੀਗਾ ਠੀਕ ਹੈ ਜੀ ਇਸ ਦਾ ਹੋਊਗਾ ਤੁਹਾਡਾ 175 ਦੇ ਵਿੱਚ ਠੀਕ ਹੈ ਜੀ ਤਾਂ ਇਸ ਤੋਂ ਬਾਅਦ ਆਏਗਾ ਨੈਕਸਟ ਪ੍ਰਸ਼ਨ ਹੈਗਾ ਆਪਣੇ ਕੋਲੇ ਸੀਮਾ name the movie that ridges awareness of the many ways people can help the planet on the earth ਠੀਕ ਹੈ ਜੀ ਉਹ ਕਿਹੜੀ ਮੂਵੀ ਸੀਗੀ ਠੀਕ ਹੈ ਜੀ ਦਾ ਰਿਜਿਸ ਅਵੇਅਰਨੈਸ ਆਫ ਮੈਨੀ ਵੇਜ਼ ਨੇਮ ਦਾ ਮੂਵੀ ਉਸ ਮੂਵੀ ਦਾ ਨਾਮ ਦੱਸੋ ਜਿਸ ਦੇ ਨਾਲ ਲੋਕਾਂ ਨੂੰ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਤੁਸੀਂ ਕਿਸ ਤਰ੍ਹਾਂ ਇੱਕ ਦੂਜੇ ਦੀ ਹੈਲਪ ਕਰਨੀ ਹੈ ਪਲੈਨਟ ਦੇ ਉੱਤੇ ਅਰਥ ਦੇ ਉੱਤੇ ਠੀਕ ਹੈ ਜੀ ਤਾਂ ਸਹੀ ਮੇ ਦਾ ਜਿਹੜਾ ਆਨਸਰ ਆਏਗਾ ਉਹ ਆਊਗਾ ਆਪਣੇ ਕੋਲੇ ਸੀ ਜਾਨੀ ਕਿ ਅਰਥ ਅਰਥ ਦੇ ਨਾਂ ਤੇ ਮੂਵੀ ਸੀਗੀ ਤਾਂ ਇਸ ਤੋਂ ਬਾਅਦ ਨੈਕਸਟ ਹੈਗਾ ਆਪਣੇ ਕੋਲੇ 7ਵਾਂ ਵਟ ਵਾਸ ਪਰਪਸ ਆਫ ਅਰਥ ਅਰਥ ਦਾ ਕੀ ਪਰਪਸ ਚਲੋ ਆਪਾਂ ਇਸ ਦਾ ਜਿਹੜਾ ਆਨਸਰ ਆ ਉਹ ਦਿਖਾਉਣਾ ਤੁਹਾਨੂੰ ਅਰਥ ਦਾ ਪਰਪਸ ਇਸ ਤੋਂ ਪਹਿਲਾਂ ਆਪਾਂ 8ਵਾਂ ਕਰ ਲੈਨੇ ਆ ਇਨ 1972 ਦਨ ਸਕ੍ਰੈਟਰੀ ਜਿਵੇਂ ਕਿ ਦਿੱਤਾ ਹੋਇਆ ਹੈਗਾ ਸ਼ੁੱਡ ਬੀ ਹੈਲਡ ਐਵਰੀ ਇਅਰ ਐਵਰੀ ਇਅਰ ਹੈਲਡ ਕੀਤਾ ਜਾਂਦਾ ਇਹ ਹੈਗਾ ਫਾਲਸ ਅਗਲਾ ਹੈਗਾ ਆਪਣੇ ਕੋਲੇ 9ਵਾਂ ਰਾਈਟ ਟੂ ਵਰਡ ਫੁੱਲ ਐਜ਼ ਅ ਸਫਿਕਸ ਫੋਲ ਨੂੰ ਆਪਣੇ ਠੀਕ ਹੈ ਜੀ ਯੂਜ਼ ਕਰਨਾਗਾ ਫਿਕਸ ਦੇ ਅਕੋਰਡਿੰਗ ਤਾਂ ਜਿਹੜਾ ਇਸ ਦਾ ਹੋਊਗਾ ਆਨਸਰ ਆ ਮੈਂ ਆਪਾਂ ਦਿਖਾਉਣੇ ਤੁਹਾਨੂੰ ਇਸ ਤੋਂ ਬਾਅਦ ਆਪਾਂ ਆ ਦੇਖਦੇ ਆ ਮੇਕ ਨਾਉਨ ਆਫ ਦੀ ਫੋਲੋਇੰਗ ਇਹਨਾਂ ਦਾ ਜਿਹੜਾ ਨਾਉਨ ਬਣਾਉਣਾ ਚਲੋ ਮੈਂ ਇਹਨਾਂ ਦੇ ਆਨਸਰ ਦਿਖਾਉਣਾਗਾ ਪਹਿਲਾਂ ਆਪਾਂ ਦੇਖਦੇ ਆ ਪਰਪਸ ਆਫ ਅਰਥਡੇ ਦਾ ਕੀ ਆ ਪਰਪਸ ਆਫ ਅਰਥਡੇ ਦਾ ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸੱਤਮ ਆਨਸਰ ਪਰਪਸ ਜਿਵੇਂ ਕਿ ਇਟ ਏਮਸ ਟੂ ਇਨਸਪਾਇਰ ਅਵੇਅਰਨੈਸ ਆਫ ਐਂਡ ਐਪਰੀਸ਼ੀਏਸ਼ਨ ਫੋਰ ਅਵਰ এনवायरमेंट ਠੀਕ ਹੈ ਜੀ ਕਿਉਂ ਬਣਾਇਆ ਜਾਂਦਾ ਕੀ ਪਰਪਸ ਹੈਗਾ ਅਰਥਡੇ ਦਾ ਉਹ ਅਰਥਡੇ ਤਾਂ ਬਣਾਇਆ ਜਾਂਦਾ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਰਥ ਦੇ ਰਿਲੇਟਡ ਠੀਕ ਹੈ ਜੀ ਇਸ ਤੋਂ ਬਾਅਦ ਆਪਣਾ ਜਿਹੜਾ ਫਾਸਟ ਜਿਹਾ ਕੁਐਸਚਨ ਇਸ ਤੋਂ ਬਾਅਦ ਜਿਹੜਾ ਆਪਣਾ ਨੋਮਾ ਕੁਐਸਚਨ ਸੀਗਾ ਠੀਕ ਹੈ ਜੀ ਸੋ ਫਿਕਸ ਵਾਲਾ ਉਸ ਦਾ ਹੋਊਗਾ ਆਪਣਾ ਚੀਅਰਫੁਲ ਅਤੇ ਰਿਸਪੈਕਟਫੁਲ ਠੀਕ ਹੈ ਜੀ ਫੁਲ ਦਾ ਬਣਾਉਣਾ ਸੀ ਆਪਣੇ ਇੱਕ ਤਾਂ ਆ ਗਿਆ ਆਪਣੇ ਕੋਲ ਚੀਅਰਫੁਲ ਇੱਕ ਆ ਗਿਆ ਆਪਣੇ ਕੋਲ ਰਿਸਪੈਕਟਫੁਲ ਇਹ ਆਨਸਰ ਹੈ ਤੁਹਾਡਾ ਇਸ ਤੋਂ ਬਾਅਦ ਆਪਣੇ ਸੈਲੀਬ੍ਰੇਟ ਨੂੰ ਐਜ਼ ਅ noun choose karna i took to participate in dushera celebration ਠੀਕ ਹੈ ਜੀ ਮੈਨੇ ਦੁਸਹਿਰਾ ਸੈਲੀਬ੍ਰੇਸ਼ਨ ਦੇ ਵਿੱਚ ਹਿੱਸਾ ਲਿਆ ਇਸ ਤੋਂ ਬਾਅਦ ਆਪਣੇ ਅਬਜ਼ਰਵ ਨੂੰ ਬਣਾਉਣਾ ਐਸ ਅ ਨਾਉਨ ਹੀ బిਗਨ ਬਾਈ ਮੇਕਿੰਗ ਅ ਫਿਊ ਜਰਨਲ ਅਬਜ਼ਰਵੇਸ਼ਨ ਠੀਕ ਹੈ ਜੀ ਇਹ ਤੁਹਾਡਾ ਆਨਸਰ ਹੈ ਨੋਟ ਕਰ ਲਿਓ ਇਸ ਨੂੰ ਇਸ ਤੋਂ ਬਾਅਦ ਆਪਾਂ ਦੇਖਦੇ ਹਾਂਗੇ ਨੈਕਸਟ ਹਾਂਜੀ ਨੈਕਸਟ ਆਪਣੇ ਕੋਲੇ ਆ ਗਿਆ ਬੀ ਸੈਕਸ਼ਨ एवी बी सेक्शन ਦੇ ਵਿੱਚ ਵੀ ਜਿਹੜਾ ਹੈਗਾ ਆਪਾਂ ਨੂੰ ਇੱਕ ਆ ਦਿੱਤਾ ਹੋਇਆ ਪੈਸੇਸ ਪੈਸੇਜ ਤੋਂ ਵਿੱਚੋਂ ਆਪਣੇ ਆਨਸਰ ਲੱਭਣੀਆਂ ਇਹ ਆਪਾਂ ਨੂੰ ਸੀ ਨੰਬਰ ਦਾ ਉਤਲ ਹੈਗਾ ਸੀ 10 ਨੰਬਰ ਦਾ ਉਸ ਦੇ ਵਿੱਚ 10 ਕੁਐਸਚਨਸ ਸੀਗੇ ਪਹਿਲਾ ਜਿਮ ਕੇ ਕੁਐਸਚਨ ਦੇਖ ਸਕਦੇ ਹੋ ਲਾਈਫ ਆਫ ਔਨ ਅਰਥ ਡਿਪੈਂਡਸ ਔਨ ਠੀਕ ਹੈ ਜੀ ਜਿਹੜੀ ਅਰਥ ਦੇ ਉੱਤੇ ਜਿਹੜੀ ਲਾਈਫ ਉਹ ਕਿਸ ਦੇ ਉੱਤੇ ਡਿਪੈਂਡ ਕਰਦੀ ਹੈ ਠੀਕ ਹੈ ਜੀ ਜਿਹੜਾ ਇਸ ਦਾ ਆਨਸਰ ਹੈ ਉਹ ਤੁਸੀਂ ਦੇਖੋ ਏ ਆ ਰੇਨਫਾਲ SNOW ਫਾਲ ਹੇਲ ਸਟ੍ਰੋਮ ਜਾਂ ਥੰਡਰ ਸਟ੍ਰੋਮ ਤਾਂ ਇਸ ਦਾ ਜਿਹੜਾ ਆਨਸਰ ਹੈਗਾ ਉਹ ਆਵੇਗਾ ਇਹ ਤੇ ਜਾਨਕੀ ਰੇਨਫਾਲ ਤੇ ਡਿਪੈਂਡ ਕਰਦਾ ਠੀਕ ਹੈ ਜੀ ਇਸ ਤੋਂ ਬਾਅਦ ਸੈਕੰਡ ਹੈ వాటర్ ਫਾਲਿੰਗ ਫਰੋਮ ਅ ਕਲਾਊਡ ਇਜ਼ ਕਾਲਡ ਠੀਕ ਹੈ ਜਿਹੜਾ ਬੱਦਲਾਂ ਤੋਂ ਪਾਣੀ ਆਉਂਦਾ ਜਾਨਕੀ ਵਰਖਾ ਆਉਂਦੀ ਆ ਉਸ ਨੂੰ ਆਪਾਂ ਕੀ ਕਹਨੇ ਆ ਤਾਂ ਉਸ ਨੂੰ ਆਪਾਂ ਕਹਨੇ ਆ ਪ੍ਰੈਸੀਪੀਟੇਸ਼ਨ ਜਾਨਕੀ ਬੀ অপਸ਼ਨ ਅਗਲਾ ਪ੍ਰਸ਼ਨ ਆਏਗਾ ਆਪਣੇ ਕੋਲ 3rd 3rd ਕੀ ਕਹਿ ਰਿਹਾ ਹਾਊ ਇਜ਼ ਦ ਸਨ ਇਨਸਟਰੂਮੈਂਟਲ ਇਨ ਕੌਜ਼ਿੰਗ ਰੇਨਫਾਲ ਠੀਕ ਹੈ ਜੀ ਜਿਹੜਾ ਸਨ ਹੈਗਾ ਉਹ ਕਿਸ ਤਰ੍ਹਾਂ ਜਿਹੜਾ ਵਰਕ ਕਰਦਾ ਰੇਨਫਾਲ ਦੇ ਹੈਲਪ ਕਰਦਾ ਠੀਕ ਹੈ ਜੀ ਸੋ ਵਨ ਨੈਕਸਟ ਪ੍ਰਸ਼ਨ ਆਏਗਾ ਆਪਾਂ ਨੈਕਸਟ ਵੀ ਨਾਲ ਦੀ ਨਾਲ ਦੇਖ ਲੈਣੇ ਆ। ਵਾਟ ਆਰ ਦੀ ਟੂ ਕਾਈਂਡਸ ਆਫ ਕਲਾਉਡਸ ਠੀਕ ਹੈ ਜੀ ਦੋ ਕਿਸਮ ਦੇ ਕਲਾਉਡਸ ਹੁੰਦੇ ਨੇ ਉਹ ਕਿਹੜੇ-ਕਿਹੜੇ ਨੇ ਚਲੋ ਆਪਾਂ ਇਸ ਦਾ ਜਿਹੜਾ ਆਨਸਰ ਹੈ ਉਹ ਦੇਖਦੇ ਹਾਂ। ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਨ ਪਲੇਸ ਐਨ ਇੰਪੋਰਟੈਂਟ ਰੋਲ ਇਨ ਕੌਜ਼ਿੰਗ ਰੇਨ ਇਟ ਐਵੇਪੋਰੇਟ ਵਾਟਰ ਫਰੋਮ ਸੀਜ਼ ਮਤਲਬ ਜਦੋਂ ਸਮੁੰਦਰਾਂ ਦੇ ਵਿੱਚ ਪਾਣੀ ਹੁੰਦਾਗਾ ਠੀਕ ਹੈ ਜੀ ਸੂਰਜ ਦੇ ਨਾਲ ਜਿਹੜਾ ਸੂਰਜ ਦੀ ਧੁੱਪ ਦੇ ਨਾਲ ਠੀਕ ਹੈ ਕਿਰਨਾਂ ਦੇ ਨਾਲ ਜਿਹੜਾ ਉਹ ਪਾਣੀ ਹੈਗਾ ਉਹ ਬੱਦਲ ਬਣ ਜਾਂਦਾ ਐਂਡ ਲੇਕਸ ਐਂਡ ਰਿਵਰਸ ਦੈਨ ਵੈਪੋਰੇਟ ਫਰੋਮ ਵਾਟਰ ਵੈਪਰ ਠੀਕ ਹੈ ਵੈਪਰ ਵੈਪਰ ਦੇ ਵਿੱਚ ਉਹ ਚੇਂਜ ਹੋ ਜਾਂਦਾਗਾ ਇਹ ਤੁਹਾਡਾ ਆਨਸਰ ਹੈ ਇਸ ਤੋਂ ਫੋਰਥ ਹੈ ਹਾਂਜੀ ਨਿੰਬਸਟ੍ਰੇਟਸ ਔਰ ਸੀਯੂਐਮਐਲੂ ਆ ਲਿਖਿਆ ਹੋਇਆ ਜਿਹੜਾ ਤੁਹਾਡਾ ਮੈਂ ਤੁਹਾਨੂੰ ਇੱਕ ਵਾਰੀ ਲਿਖ ਕੇ ਦਿਖਾ ਦਾਨਾ ਬਿਨਾਂ ਕਿਹੜੇ ਦੋ ਕਿਸਮਾਂ ਦੇ ਕਲਾਊਡਸ ਨਹੀਂਗੇ ਠੀਕ ਹੈ ਜੀ ਚਲੋ ਮੈਂ ਇੱਥੇ ਲਿਖ ਦੇਣਾਗਾ ਠੀਕ ਹੈ ਜੀ ਉਰੇ ਲਿਖਦੇ ਆਪਾਂ ਪਹਿਲਾ ਤਾਂ ਹੈਗਾ ਜਿਹੜਾ ਉਹ ਤੁਹਾਡਾ ਕਿਸਮ ਦਾ ਕਲਾਊਡ ਆ ਉਹ ਮੈਂ ਤੁਹਾਨੂੰ ਲਿਖ ਕੇ ਦਿਖਾਉਣਾਗਾ ਹਾਂਜੀ ਇਸ ਤਰ੍ਹਾਂ ਲਿਖਣਾ ਤੁਸੀਂ ਨੇ ਐਨ ਆਈ M B O H T R A T U S Nambustrus ਇਸ ਤੋਂ ਬਾਅਦ ਆਊਗਾ ਤੁਹਾਡਾ C U M U L A N I M B U S ਇੱਕ ਇੱਕ ਇਹ ਟਾਈਪ ਆਗੀ ਕਲਾਊਡ ਦੀ ਦੋ ਟਾਈਪਸ ਨੇਗੇ ਕਲਾਊਡ ਦੀ ਇਹ ਨੋਟ ਕਰ ਲਓ ਅਗਲਾ ਆਪਣੇ ਕੋਲ ਕੁਐਸਚਨ ਹੈਗਾ ਫਿਲਿੰਗ ਦੀ ਬਲੈਂਕਸ ਵਿਦ ਸੂਟੇਬਲ ਵਰਡ ਫਰੋਮ ਦੀ ਪੈਸੇਜ ਪੈਸੇਜ ਚੋਂ ਇੱਕ ਆਪਣੇ ਵਰਡ ਦੇਖਣਾ ਜਿਹੜਾ ਇੱਥੇ ਫਿੱਟ ਹੋਵੇ ਇਫ देयर ਇਸ ਨੋ ਰੇਨ ਪੀਪਲ ਐਂਡ ਐਨੀਮਲਸ ਮੇਟ ਟੂ ਡੈਥ ਇਸ ਦਾ ਜਿਹੜਾ ਆਨਸਰ ਹੈਗਾ ਉਹ ਆਵੇਗਾ ਸਟ੍ਰੇਪ ਠੀਕ ਹੈ ਜੀ ਐਸ ਪੀ ਏ ਆਰ ਵੀ ਈ ਸ਼ਬਦ ਤਾਂ ਇਹ ਜਿਹੜਾ ਆਨਸਰ ਆਇਸ ਦਾ ਨੋਟ ਕਰ ਲਓ ਅਗਲਾ ਪੁੱਛਣਾ ਹੈਗਾ ਆਪਣੇ ਕੋਲ ਸੀਮਾ ਮੈਚ ਕਰਨੀ ਨੇ ਆਪਣੇ ਮੈਚ ਦੀ ਫੋਲੋਇੰਗ ਕਰਨੀ ਆ ਹਾਂਜੀ ਕੰਡੈਂਸ ਦਾ ਮਤਲਬ ਹੁੰਦਾਗਾ ਕੰਡੈਂਸ ਹਾਂਜੀ ਥਿਕਨੈਸ ਥਿਕਨੈਸ ਜਿਹੜਾ ਹੈਗਾ ਫਾਰਮਰ ਹੈਗਾ ਠੀਕ ਹੈ ਜੀ ਫਾਰਮਰ ਇਸ ਦਾ ਜਿਹੜਾ ਆਊਗਾ ਉਹ ਆਊਗਾ ਪੀ ਸੈਂਟ ਠੀਕ ਹੈ ਜੀ ਇਹ ਮੈਚਿੰਗ ਕਰ ਲਓ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਸੈਕਸ਼ਨ B ਰਾਈਟਿੰਗ ਸਕਿਲਸ ਗ੍ਰਾਮਰ ਐਂਡ ਟਰਾਂਸਲੇਸ਼ਨ ਇਸ ਤਰ੍ਹਾਂ ਤੁਹਾਨੂੰ ਆਵੇਗਾ ਜਿਵੇਂ ਕਿ ਸੈਕੰਡ ਕੁਐਸਚਨ ਹੈਗਾ ਯੂ ਲੋਸਟ ਯੂਰ ਰਿਸਟ ਵਾਚ ਠੀਕ ਹੈ ਜੀ ਤੁਸੀਂ ਆਪਣੀ ਘੜੀ ਖੋ ਗਏ ਹੋਗੇ ਕੱਲ ਇਨ ਯੂਰ ਸਕੂਲ ਪਲੇਗਰਾਉਂਡ ਤੁਸੀਂ ਕੱਲ ਜਿਹੜੀ ਹੈਗੀ ਆ ਘੜੀ ਗਵਾਚ ਗਈ ਦੀ ਤੁਹਾਡੀ ਸਕੂਲ ਦੇ ਪਲੇਗਰਾਉਂਡ ਦੇ ਵਿੱਚ ਡਰਾਇ ਫੋਰ ਨੋਟਿਸ ਫੋਰ ਦੀ ਲਾਸ ਆਫ ਯੂਰ ਵਾਚ ਠੀਕ ਹੈ ਜੀ ਤੁਸੀਂ ਨੇ ਨੋਟਿਸ ਲਿਖਣਾ 4 ਮਾਰਕਸ ਦਾ ਇਹੀ ਆ ਅਤੇ ਇਸ ਦੇ ਨਾਲ ਇੱਕ ਔਰ ਦੇ ਵਿੱਚ ਦਿੱਤੀ ਹੋਈ ਹੈ ਐਡਵਰਟਾਈਜ਼ਮੈਂਟ ਸਵਚ ਭਾਰਤ ਮਿਸ਼ਨ ਇਨ ਰੂਰਲ ਏਰੀਆਸ ਮਤਲਬ ਪਿੰਡੂ ਇਲਾਕਿਆਂ ਦੇ ਵਿੱਚ ਆਪਾਂ ਨੇ ਦੱਸਣਾਗਾ ਵੀ ਇਹ ਸਵਚ ਭਾਰਤ ਆਪਾਂ ਮਿਸ਼ਨ ਆ ਜਿਹੜਾ ਉਹ ਕਿਵੇਂ ਬਰਕਰਾਰ ਰੱਖਣਾ ਚਲੋ ਆਪਾਂ ਜਿਹੜੀ ਹੈਗੀ ਹੈਗੀ ਪਲੇਗਰਾਉਂਡ ਵਾਲੀ ਜਿਹੜੀ ਰਿਸਟ ਬਾਚ ਹੈਗੀ ਆਪਾਂ ਉਹ ਪੜ ਲੈਨੇ ਆ ਹਾਂਜੀ ਜਿਵੇਂ ਕਿ ਦੇਖ ਸਕਦੇ ਹੋ ਕਿ ਇੱਥੇ ਆਪਣੇ ਸਕੂਲ ਦਾ ਨਾਮ ਲਿਖ ਦਿਓ ਇਸ ਤੋਂ ਬਾਅਦ ਨੋਟਿਸ ਲੋਸਟ ਰਿਸਟ ਬਾਚ ਇੱਥੇ ਤਾਰੀਖ ਲਿਖ ਦਿਓ ਜਿੱਦੇ ਤੁਸੀਂ ਇਹ ਨੋਟਿਸ ਲਿਖ ਰਹੇ ਹੋ ਲੋਸਟ ਬਲੈਕ ਸਟ੍ਰੈਪ ਮਤਲਬ ਉਸ ਦੇ ਜਿਹੜਾ ਹੈਗਾ ਸੀਗਾ ਸਟ੍ਰੈਪ ਸੀਗਾ ਬਲੈਕ ਘੜੀ ਦੇ ਉੱਤੇ ਠੀਕ ਹੈ ਜੀ ਪਟਾ ਸੀਗਾ ਮਤਲਬ ਆ ਚੀਜ਼ ਸੀ ਜਿਹੜੀ ਉਹ ਬਲੈਕ ਸੀ ਪਟੇ ਦੀ ਠੀਕ ਹੈ ਜੀ ਵਾਈਟ ਡਾਇਲ ਯਾਨੀ ਕਿ ਆ ਚੀਜ਼ ਸੀ ਜਿਹੜੀ ਉਹ ਵਾਈਟ ਸੀਗੀ ਟਾਈਟਨ ਰਿਸਟ ਵਾਚ ਇਨ ਦੀ ਸਕੂਲ ਪਲੇਗਰਾਉਂਡ ਡੂਰਿੰਗ ਦਾ ਸੈਵਨਥ ਪੀਰੀਅਡ ਡਜੈਸਟਰਡੇ ਯਾਨੀ ਕਿ 7ਵੇਂ ਪੀਰੀਅਡ ਦੇ ਵਿੱਚ ਜਿਹੜੀ ਘੜੀ ਡਿੱਗ ਪਈ ਐਨੀ ਵਨ ਹੂ ਫਾਈਂਡ ਇਟ ਪਲੀਜ਼ ਕੰਟੈਕਟ ਦਾ ਅੰਡਰਸਾਈਨਡ ਇਨ ਕਲਾਸ 12 ਠੀਕ ਹੈ ਜੀ ਇਸ ਕਲਾਸ ਦੇ ਵਿੱਚ ਜਿਹੜਾ ਚੀਜ਼ ਕੰਟੈਕਟ ਕਰਨ ਫਾਈਂਡਰ ਵਿਲ ਬੀ ਰਿਵਾਰਡਡ ਵਿਦ ਅ ਟ੍ਰੀਟ ਇਨ ਦੀ ਕੈਂਟੀਨ ਠੀਕ ਹੈ ਜੀ ਜਿਹੜਾ ਉਸ ਨੂੰ ਲੱਭੂਗਾ ਠੀਕ ਹੈ ਜੀ ਜੇ ਕਿਸੇ ਨੂੰ ਲੱਭਦੀ ਆ ਕਿ ਘੜੀ ਤਾਂ ਉਹ ਜਿਹੜਾ ਵਿਦਿਆਰਥੀ ਆ ਉਸ ਨੂੰ ਕੰਟੀਨ ਦੇ ਵਿੱਚ ਜਾ ਕੇ ਪਾਲਟੀ ਦੇਵੇਗਾ ਤਾਂ ਇਸ ਤਰ੍ਹਾਂ ਤੁਸੀਂ ਲਿਖਣਾ ਇੱਥੇ ਨਾਮ ਨੂਮ ਲਿਖ ਦਿਓ ਕਲਾਸ ਲਿਖ ਦਿਓ ਠੀਕ ਹੈ ਜੀ ਤਾਂ ਇਹ ਜਿਹੜਾ ਹੈਗਾ ਤੁਸੀਂ ਨੋਟ ਕਰ ਲੈਣਾ ਇਸ ਤੋਂ ਬਾਅਦ ਆਪਣੇ ਕੋਲ ਇੱਕ ਐਪਲੀਕੇਸ਼ਨ ਆਉਗੀ ਐਪਲੀਕੇਸ਼ਨ ਆਪਾਂ ਦਿਖਾ ਦਨੇ ਤੁਹਾਨੂੰ ਇਸ ਤੋਂ ਬਾਅਦ ਆਪਾਂ ਪੋਰਸ਼ਨ ਪੇਪਰ ਦੇਖਦੇ ਆਂ ਇਮੇਜਿਨ ਯੂ ਆਰ ਅ ਮਨ ਰਾਈਟਰ ਲੈਟਰ ਟੂ ਦੀ ਐਡੀਟਰ ਆਫ ਅ ਨਿਊਜ਼ਪੇਪਰ ਨਿਊਜ਼ਪੇਪਰ ਦੇ ਐਡੀਟਰ ਨੂੰ ਆਪਣੇ ਇੱਕ ਲੈਟਰ ਲਿਖਣਾ ਹਾਈਲਾਈਟਿੰਗ ਦਾ ਕੌਜ਼ ਆਫ ਅ ਇਨਡਿਸਪਲਾਈਨ ਅਮੰਗ ਦੀ ਸਟੂਡੈਂਟ ਠੀਕ ਹੈ ਜੀ ਕਾਰਨ ਦੱਸਨੇ ਨੇਗੇ ਕਿ ਨਾ ਇਨਡਿਸਪਲਾਈਨ ਕਿਉਂ ਆਗਾ ਸਟੂਡੈਂਟਸ ਦੇ ਵਿੱਚ ਪਹਿਲਾਂ ਲਿਖਣਾ 63 ਨਿਊ ਮਾਡਲ ਟਾਊਨ ਠੀਕ ਹੈ ਜੀ ਕਿਵੇਂ ਮਰਜ਼ੀ ਲਿਖ ਦਿਓ ਮੋਗਾ ਇਸ ਤੋਂ ਬਾਅਦ ਡੇਟ ਲਿਖਣੀ ਤੁਸੀਂ ਨੇ ਸਪੇਸ ਛੱਡ ਕੇ ਸਪੇਸ ਛੱਡ ਲਿਖ ਦੋ ਰਿਵਿਊਨ ਜਾਂ ਕੋਈ ਮਰਜ਼ੀ ਇਸ ਤੋਂ ਬਾਅਦ ਸਬਜੈਕਟ ਦੇ ਵਿੱਚ ਜ਼ਰੂਰ ਲਿਖਣਾ ਹੁੰਦਾ ਸਬਜੈਕਟ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਕਿ ਤੁਸੀਂ ਨੇ ਸਾਰੇ ਜਿਹੜੀ ਦਿੱਤੀ ਹੋਈ ਹੈ ਤੁਹਾਨੂੰ ਉੱਤੇ ਹੈਡਿੰਗ ਉਹੀ ਲਿਖਣੀ ਹੈ ਕਿ ਚੇਪਣੀਆਂ ਠੀਕ ਹੈ ਜੀ ਇਸ ਤਰ੍ਹਾਂ ਨਹੀਂ ਕਰਨਾ ਜਿਵੇਂ ਕਿ ਇੱਥੇ ਇਹਨਾਂ ਨੇ ਟੋਕਮੀ ਗੱਡੀ ਹੋਈ ਹੈ ਇਨਡਿਸਿਪਲਨ ਅਮੰਗ ਦੀ ਸਟੂਡੈਂਟਸ ਇਸ ਤੋਂ ਬਾਅਦ ਸ਼ਰ I want to share my ideas about indiscipline among the ad students ਠੀਕ ਹੈ ਜੀ ਇਹ ਜਿਹੜਾ ਲਿਖ ਰਿਹਾ ਹੈਗਾ ਉਹ ਕਹਿ ਰਿਹਾ ਕਿ ਮੈਂ ਤੁਹਾਡੇ ਨਾਲ ਕੁਝ ਆਈਡੀਆ ਸ਼ੇਅਰ ਕਰਦਾ ਵੀ ਨਾ ਇਨਡਿਸਿਪਲਿਨ ਕਿਉਂ ਵੱਧ ਰਿਹਾ ਹੈਗਾ ਇਟ ਇਜ਼ ਅ ਬਿਗ ਪ੍ਰੋਬਲਮ ਇਹ ਬਹੁਤ ਹੀ ਵੱਡੀ ਪ੍ਰੋਬਲਮ ਆ ਇਟ ਇਜ਼ ਅ ਗਰੋਇੰਗ ਐਵਰੀ ਡੇ ਦਿਸ ਪ੍ਰੋਬਲਮ ਨੀਡਸ ਅਰਜੈਂਟ ਸੋਲੂਸ਼ਨ ਕਾਈਂਡਲੀ ਪਬਲਿਸ਼ ਮਾਈ ਆਈਡੀਆ ਇਨ ਯੂਅਰ ਨਿਊਜ਼ਪੇਪਰ ਠੀਕ ਹੈ ਜੀ ਉਹਨੇ ਕਿਹਾ ਕਿ ਹਰ ਰੋਜ਼ ਜਿਹੜਾ ਇਨਡਿਸਿਪਲਿਨ ਜਿਹੜਾ ਵੱਧ ਰਿਹਾ ਹੈਗਾ ਸਟੂਡੈਂਟਸ ਦੇ ਵਿੱਚ ਅਤੇ ਇਸ ਦਾ ਜਿਹੜਾ ਜਲਦੀ ਜਲਦੀ ਹੱਲ ਦੇ ਲੱਭਿਆ ਜਾਵੇ ਤਾਂ ਜੋ ਇਨਡਿਸਿਪਲਿਨ ਨੂੰ ਘਟਾਇਆ ਜਾਵੇ ਤਾਂ ਕੈਨਡਲੀ ਬਿਨਾ ਮੇਰੀ ਪਬਲਿਸ਼ ਕਰੋ ਇਹ ਖਾਬਰ ਨਿਊਜ਼ਪੇਪਰ ਦੇ ਵਿੱਚ ਇਸ ਤੋਂ ਬਾਅਦ ਥੈਂਕਿੰਗ ਯੂ ਯੂ ਆਰ ਫੇਥਫੁਲੀ ਇਸ ਤੋਂ ਬਾਅਦ ਨੀਚੇ ਤੁਸੀਂ ਨਾਮ ਲਿਖ ਦਿਓ ਠੀਕ ਹੈ ਜੀ ਇਹ ਤੁਹਾਡੀ ਜਿਹੜੀ ਹੈਗੀ ਐਪਲੀਕੇਸ਼ਨ ਸੀਗੀ ਇਸ ਤੋਂ ਬਾਅਦ ਆਪਾਂ ਦੇਖਦੇ ਨੇ ਨੈਕਸਟ ਕਿਹੜੀ ਕਵਨਸ਼ਨ ਹੈ ਆਪ ਨੂੰ ਹਾਂਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਹਾਂਜੀ 4 ਨੰਬਰ ਦਾ ਤਾਂ ਇਹ ਕਰਵਾ ਦਿੱਤਾ ਇੱਕ ਜਿਹੜਾ ਆਹ ਡਿਵਰਟੀਸਮੈਂਟ ਇਹ ਤੁਸੀਂ ਨੇ ਆਪਣੀ ਬੁੱਕ ਵਿੱਚੋਂ ਲੱਭ ਲਈ ਜੇ ਤੁਹਾਨੂੰ ਮਿਲ ਜੂਗੀ ਅਮਾਜ਼ਨ ਆਹ ਆਪਣੀ ਆ ਕਰ ਲਈ ਠੀਕ ਹੈ ਜੀ ਕੇਸ ਦੇ ਵਿੱਚ ਆਹ ਦਿੱਤੀ ਹੋਈ ਸੀ ਔਰ ਦੇ ਵਿੱਚ ਜਿਹੜਾ ਤੁਹਾਨੂੰ ਲੈਟਰ ਆਗਾ ਜਾਂ ਐਪਲੀਕੇਸ਼ਨ ਆਏ ਤੁਹਾਨੂੰ ਸੀ ਨੰਬਰ ਦੇ ਆਊਗੀ ਜਿਹੜਾ ਨੀਚਲਾ ਦਿੱਤਾ ਹੋਇਆਗਾ ਇਹ ਤੁਸੀਂ ਨੇ ਆਪਣੇ ਆਪ ਤੁਸੀਂ ਨੇ ਆਪਣੀ ਬੁੱਕ ਵਿੱਚੋਂ ਕਰ ਲੈਣਾ ਅਗਲਾ ਪੇਪਰ ਵੀ ਦੇਖਣਾ ਆਪਾਂ ਜਲਦੀ ਜਲਦੀ ਆਪਾਂ ਕਾਫੀ ਵੱਡੀ ਵੀਡੀਓ ਬਣਾਉਣੀ ਨਹੀਂ ਹੈਗੀ ਠੀਕ ਹੈ ਜੀ ਆਪਾਂ ਛੋਟੀ ਜੀ ਵੀਡੀਓ ਦੇ ਵਿੱਚ ਤੁਹਾਡਾ ਸਾਰਾ ਪੇਪਰ ਕਵਰ ਕਰ ਦੇਵਾਂਗੇ ਟਰਾਂਸਲੇਟ ਕਰਨਾ ਆਪਣੇ ਇੰਗਲਿਸ਼ ਤੋਂ ਪੰਜਾਬੀ ਆਪਨ 2 ਨੰਬਰ ਦਾ ਹੈ ਜਿਵੇਂ ਕਿ ਹੂਈ ਅਵੇਦ ਟਰੈਫਿਕ ਰੂਲਸ ਇਸ ਤੋਂ ਬਾਅਦ ਜਿਵੇਂ ਕਿ ਦੂਜਾ ਹੈਗਾ ਯੂ ਡੂ ਨੋਟ ਲਾਈਕ ਮੀ ਤੁਸੀਂ ਮੈਨੂੰ ਪਸੰਦ ਨਹੀਂ ਕਰਦੇ ਚਲੋ ਇਸ ਦਾ ਆਪਾਂ ਜਿਹੜਾ ਹੈਗਾ ਉਹ ਆਨਸਰ ਕਰਵਾਉਣੀ ਆ ਇੱਕ ਵਾਰੀ ਆਪਾਂ ਨੀਚੇ ਲੱਗ ਦੇਖ ਲੈਣਾ ਪੰਜਾਬੀ ਤੋਂ ਇੰਗਲਿਸ਼ ਵਿੱਚ ਬਣਾਉਣਾ ਹੈਗਾ ਅਧਿਆਪਕ ਨੇ ਟੈਸਟ ਨਹੀਂ ਲਿਆ ਕਿ ਉਹ ਸਾਡੇ ਲਈ ਚਾਹ ਬਣਾਏਗਾ ਜਾ ਬਣਾਏਗੀ ਇਹ ਹੈਗਾ ਤੁਹਾਡਾ 2 ਨੰਬਰ ਦਾ ਇਹ ਵੀ ਚਲੋ ਆਪਾਂ ਇਸ ਦੀ ਜਿਹੜੀ ਟ੍ਰਾਂਸਲੇਸ਼ਨ ਆ ਗਈ ਉਹ ਆਪਾਂ ਕਰ ਲੈਨੇ ਆ ਠੀਕ ਹੈ ਜੀ ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋਗੇ ਟ੍ਰਾਂਸਲੇਸ਼ਨ ਹਾਂਜੀ ਬੂਈ ਉਬੇਧ ਟ੍ਰੈਫਿਕ ਰੂਲਸ ਠੀਕ ਹੈ ਜੀ ਇਸ ਦਾ ਜਿਹੜਾ ਆਨਸਰ ਹੈਗਾ ਨੀਚੇ ਲਿਖਿਆ ਹੋਇਆ ਅਸੀਂ ਟ੍ਰੈਫਿਕ ਨੀਮਾਂ ਦੀ ਪਾਲਣਾ ਕਰਦੇ ਹਾਂ ਠੀਕ ਹੈ ਜੀ ਕਰਦੇ ਹਾਂ ਇਸ ਤੋਂ ਦੂਜਾ ਹੈਗਾ ਯੂ ਡੂ ਨੋਟ ਲਾਈਕ ਮੀ ਤੁਸੀਂ ਮੈਨੂੰ ਪਸੰਦ ਨਹੀਂ ਕਰਦੇ ਇਹ ਤੁਹਾਡਾ ਆਨਸਰ ਹੈ ਨੋਟ ਕਰ ਲਓ ਇੰਗਲਿਸ਼ ਤੋਂ ਪੰਜਾਬੀ ਇਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਪੰਜਾਬੀ ਤੋਂ ਇੰਗਲਿਸ਼ ਅਧਿਆਪਕ ਨੂੰ ਟੈਸਟ ਨਹੀਂ ਲਿਆ ਦ ਟੀਚਰ ਡਿਡ ਨੋਟ ਟੇਕ ਦ ਟੈਸਟ ਠੀਕ ਹੈ ਜੀ ਕੀ ਉਹ ਸਾਡੇ ਲਈ ਚਾਹ ਬਣਾਏਗੀ ਵਿਲ ਸ਼ੀ ਮੇਕ ਅਸਟੀ ਠੀਕ ਹੈ ਜੀ ਇਹ ਤੁਹਾਡਾ ਆਨਸਰ ਹੈ ਨੋਟ ਕਰ ਲਓ ਇਸ ਤੋਂ ਬਾਅਦ ਆਪਾਂ ਅਗਲਾ ਦੇਖਦੇ ਵੀਨਾ ਅਗਲਾ ਕਿਹੜਾ ਕੌਨਸਟਿਊਸ਼ਨ ਹੋਣਾ ਇਹ ਕਾਫੀ ਜਿਆਦਾ ਜਿਹੜਾ ਇੰਪੋਰਟੈਂਟ ਕੌਨਸਟਿਊਸ਼ਨ ਪੇਪਰ ਹੈਗਾ ਇਸ ਨੂੰ ਤੁਸੀਂ ਜਮ੍ਹਾਂ ਵੀ ਸਕਿਪ ਨਹੀਂ ਕਰਨਾ ਠੀਕ ਹੈ ਜੀ ਬਾਅਦ ਵਿੱਚ ਤੁਹਾਨੂੰ ਪਛਤਾਉਣਾ ਪਵੇ ਤਾਂ ਕਰਕੇ ਹੁਣ ਜਿਹੜਾ ਇਹ ਇਸ ਦੀ ਪੂਰੀ ਫੁੱਲ ਤਿਆਰੀ ਕਰ ਲਓ ਨਾਲ ਦੇ ਨਾਲ ਤੁਸੀਂ ਆਪਣਾ ਸਾਰਾ ਸਲੇਵਸ ਵੀ ਕਰਨਾ ਅਤੇ ਨਾਲ ਦੇ ਨਾਲ ਇਸ ਸੈਂਪਲ ਪੇਪਰ ਦੀ ਤਿਆਰੀ ਵੀ ਜ਼ਰੂਰ ਕਰਨੀ ਹੈ ਤੁਸਨੇ ਹਾਂਜੀ ਜਿੰਮੀ ਕਿਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਦੂਆਜ ਡਾਇਰੈਕਟ ਆ ਗਿਆ ਫਿਲਿੰਗ ਦੀ ਬਲੈਂਕਸ ਇਹ ਆਪਣੇ ਕੋਲੇ 8 ਨੰਬਰ ਦੀਆਂ ਨੇ ਜਿਵੇਂ ਕਿ ਪਹਿਲਾਗਾ ਇਹ ਬਰੀ ਬਰੀ ਸਿੰਪਲ ਹੁੰਦੇ ਨੇ ਘਬਰਾਉਣ ਦੀ ਲੋੜ ਨਹੀਂ ਜੇ ਤੁਸੀਂ ਬੋਲ ਕੇ ਦੇਖੋਗੇ ਤੁਹਾਨੂੰ ਇਸ ਦਾ ਆਨਸਰ ਪਤਾ ਲੱਗ ਜਾਵੇਗਾ ਜਿਵੇਂ ਕਿ ਪਹਿਲਾ ਰਾਮ ਸਿੰਘ ਇਜ਼ ਡੈਸ਼ ਐਮ ਐ ਦਾ ਅ ਐਨ ਠੀਕ ਹੈ ਜਦੋਂ ਤੁਸੀਂ ਇਸ ਦੇ ਵਿੱਚ ਦਾ ਬੋਲ ਕੇ ਦੇਖੋਗੇ ਬინა ਲੱਗਦਾ ਨਾ ਲੱਗਦਾ ਨਹੀਂ ਹੈਗਾ ਅ ਐਮ ਐ ਇਹ ਵੀ ਲੱਗਦਾ ਐਨ ਐਮ ਐ ਲੱਗੂ ਠੀਕ ਹੈ ਜੀ ਐਨ ਐਮ ਐ ਇਸ ਦਾ ਆਨਸਰ ਹੈ ਐਨ ਇਹ ਤੋਂ ਦੂਜਾ ਹਾਊ ਡੈਸ਼ ਮਿਲਕ ਡੂ ਯੂ ਨੀਡ ਤੁਹਾਨੂੰ ਕਿੰਨਾ ਦੁੱਧ ਚਾਹੀਦਾ ਹਾਊ ਮੈਨੀ ਜਾ ਮੱਚ ਮੈਂ ਨਹੀਂ ਤਾਂ ਆਪਾਂ ਚੀਜ਼ਾਂ ਦੀ ਲਾਉਣੇ ਹੋਣੇ ਬਿਨਾ ਇੰਨੀਆਂ ਚੀਜ਼ਾਂ ਨਹੀਂ ਗਿਆ 1 2 3 4 ਚੀਜ਼ਾਂ ਨੇ ਉਹਨਾਂ ਨਹੀਂ ਲਾਉਣੇ ਆਪਾਂ ਮੈਂ ਨਹੀਂ ਤਾਂ ਇਸਦੇ ਰਹੀ ਆ ਜਾਊਗਾ ਮੱਚ ਮਿਲਕ ਹਾਊ ਮੱਚ ਮਿਲਕ ਡੂ ਯੂ ਨੀਡ ਫੀਲਿੰਗ ਦੀ ਬਲੈਂਕਸ ਵਿਦ ਸੂਟੇਬਲ ਮੋਡਲ ਮੋਡਲ ਭਰਨਾਗਾ ਇਟ ਡੈਸ਼ ਰੇਂਟ ਮਾਰੋ ਠੀਕ ਹੈ ਜੀ ਮੇਜਾ ਸੈੱਲ ਇਸ ਦਾ ਜਿਹੜਾ ਆਨਸਰ ਹੈਗਾ ਉਹ ਆਊਗਾ ਮੇ ਠੀਕ ਹੈ ਜੀ ਪਹਿਲਾ ਮੇ ਲਾ ਲਓ ਆਨਸਰ ਇਸ ਦਾ ਇੱਕ ਤੋਂ ਬਾਅਦ ਦੂਜਾ ਵੀ ਡੈਸ਼ ਹੈਲਪ ਦਾ ਪੂਰ ਵੀ ਸ਼ੁੱਡ ਸਾਨੂੰ ਚਾਹੀਦੀ ਹੈ ਹੈਲਪ ਕਰਨੀ ਪੂਅਰਸ ਦੀ ਜਾਨਕੀ ਗਰੀਬਾਂ ਦੀ ਨੈਕਸਟ ਹੈਗਾ ਆਪਣੇ ਕੋਲੇ ਚੇਂਜ ਦੀ ਬੋਇਸ ਆਈ ਨੋ ਹਿਮ ਆਈ ਨੋ ਹਿਮ ਦਾ ਕੀ ਆਊਗਾ ਇਸ ਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਜਿਹੜਾ ਸਬਜੈਕਟ ਹੁੰਦਾ ਆਪਣੇ ਕੋਲੇ ਆ ਸਬਜੈਕਟ ਆ ਆਈ ਤਾਂ ਆ ਜਿਹੜਾ ਹੈਗਾ ਆਬਜੈਕਟ ਤਾਂ ਉਸ ਦੇ ਵਿੱਚ ਕੀ ਹੁੰਦਾ ਜਿਹੜਾ ਆਬਜੈਕਟ ਆਉਂਦਾ ਉਹ ਮੂਰੀ ਆ ਜਾਂਦਾ ਸਬਜੈਕਟ ਪਿਛੇ ਚਲਾ ਜਾਂਦਾ ਤੇ ਵਿਚਾਲੇ ਜਿਹੜਾ ਹੁੰਦਾਗਾ ਉਹ ਰੂਲ ਲੱਗ ਜਾਂਦਾ ਹੁੰਦਾ ਠੀਕ ਹੈ ਜੀ ਤੇ ਆਈ ਐਨ ਜੀ ਲੱਗਦਾ ਹੁੰਦਾ ਤੇ ਥਰਡ ਫਾਰਮ ਲੱਗ ਜਾਂਦੀ ਹੁੰਦੀ ਹੈਗੀ ਚਲੋ ਆਪਾਂ ਇਸ ਦਾ ਜਿਹੜਾ ਆਨਸਰ ਆ ਪਹਿਲੇ ਤਾਂ ਆਪਾਂ ਮੈਂ ਕਰਵਾਉਣਾ ਤੁਹਾਨੂੰ ਜਿਵੇਂ ਕਿ ਆਈ ਨੋ ਹਿਮ ਹੀ ਇ ਕਿ ਹੀ ਇਜ਼ ਨੋਨ ਬਾਈ ਮੀ ਇਸ ਦਾ ਆਨਸਰ ਨੋਟ ਕਰ ਲਓ ਹੀ ਇਜ਼ ਨੋਨ ਬਾਈ ਮੀ ਆਨਸਰ ਨੋਟ ਕਰ ਲਓ ਸੇਮ ਆਏਗਾ ਸੱਟ ਦਾ ਡੋਰ ਡੋਰ ਸ਼ੁੱਡ ਬੀ ਸੱਟ ਠੀਕ ਹੈ ਜੀ ਨੋਟ ਕਰ ਲਓ ਇਸ ਦਾ ਆਨਸਰ ਡੋਰ ਸ਼ੁੱਡ ਬੀ ਸੱਟ ਸੱਤ ਮਹੇਗਾ ਸੀ ਇਜ਼ ਰਾਈਟਿੰਗ ਅ ਲੈਟਰ ਸੀ ਰੋਟ ਅ ਲੈਟਰ ਆਨਸਰ ਨੋਟ ਕਰੋ ਸੀ ਰੋਟ ਅ ਲੈਟਰ ਆਈ ਸੈਲ ਬਾਈ ਦਿਸ ਪੈਨ ਇਸ ਇਹਨਾਂ ਦੋਨਾਂ ਨੂੰ ਜਿਹੜੇ ਨੀਚਰੇ ਸੀਗੇ 7ਵਾਂ ਅਤੇ 8ਵਾਂ 7ਵੇਂ ਨੂੰ ਤਾਂ ਕਰਨਾ ਤੇ ਆਪਣੇ ਪਾਸਟ ਇਨਡੇਫਿਨਿਟ ਦੇ ਵਿੱਚ ਮਤਲਬ ਪਾਸਟ ਇਨਡੇਫਿਨਿਟ ਦੇ ਵਿੱਚ ਸਿਰਫ ਸੈਕੰਡ ਫਾਰਮ ਲੱਗੀ ਹੁੰਦੀ ਆ ਤਾਂ ਕਰਕੇ ਆਈ ਐਨ ਜੀ ਦੀ ਜਗਾ ਉਹਨਾਂ ਲਾਤਾ ਰੋਟ ਇਸ ਕੱਟਿਆ ਗਿਆ ਇਸ ਬਦ ਆਈ ਸੈਲ ਬਾਈ ਦ ਸਪੈਨ ਇਹ ਆਪਣੇ ਕਰਨਾ ਪ੍ਰੈਜੈਂਟ ਪਰਫੈਕਟ ਦੇ ਵਿੱਚ ਪ੍ਰੈਜੈਂਟ ਪਰਫੈਕਟ ਦੇ ਵਿੱਚ ਕੀ ਹੁੰਦਾ ਕਿ ਹੈਵ ਲੱਗਿਆ ਹੁੰਦਾ ਤੇ ਥਰਡ ਫਾਰਮ ਹੁੰਦੀ ਆ ਤਾਂ ਕਰਕੇ ਇੱਥੇ ਆ ਗਿਆ ਆਈ ਹੈਵ ਬੋਟ ਦਿਸ ਪੈਨ 22 ਦੀ 3 ਫਾਰਮ ਹੋ ਜਾਂਦੀ ਆ ਬੋਟ ਤਾਂ ਕਰਕੇ ਇਸ ਦਾ ਆਨਸਰ ਇਸ ਤਰ੍ਹਾਂ ਆ ਗਿਆ ਸੈਕਸ਼ਨ ਸੀ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਲਿਟਰੇਚਰ ਆ ਗਈ 12 ਨੰਬਰ ਦੀ ਚਲੋ ਆਪਾਂ ਇਹਨਾਂ ਦੇ ਆਨਸਰ ਦੇਖਦੇ ਹਾਂ ਪਹਿਲਾ ਕੁਸ਼ਣ ਹੈਗਾ ਹਾਊ ਮੈਨੀ ਪੀਪਲ ਵਰ देयर ਔਨ ਦੀ ਇੰਟਰਵਿਊ ਪੈਨਲ ਇੰਟਰਵਿਊ ਪੈਨਲ ਦੇ ਉੱਤੇ ਕਿੰਨੇ ਠੀਕ ਹੈ ਜੀ ਪੀਪਲ ਸੀਗੇ ਤਾਂ ਉਹ ਹੈਗੇ ਸੀਗੇ 6 ਪੀਪਲ 6 ਦੇ ਉੱਤੇ ਟਿਕ ਲਾਵਾਂਗੇ ਸੈਕੰਡ ਹੈਗਾ ਜੇ ਆਰ ਡੀ ਵਾਸ ਦੀ ਓਨਰ ਆਫ ਜੇ ਆਰ ਡੀ ਓਨਰ ਕਿਸ ਦਾ ਸੀਗਾ ਉਹ ਹੈਗਾ ਸੀਗਾ ਟਾਟਾ ਇੰਡਸਟਰੀ ਦਾ ਨੈਕਸਟ ਹੈਗਾ ਦਾ ਪੋਰਟਰੇਟ ਆਫ ਗ੍ਰੈਂਡਫਾਦਰ ਹੰਗ ਬਬਦਾ ਠੀਕ ਹੈ ਜੀ ਉਹ ਆਊਗਾ ਆਪਣੇ ਕੋਲੇ ਟਰੀ ਇਸ ਤੋਂ ਬਾਅਦ ਥਰਡ ਆਏਗਾ ਨੈਕਸਟ ਆਏਗਾ ਆਪਣੇ ਕੋਲੇ ਹਾਂਜੀ ਦਾ ਆਥਰ ਵੈਂਟ ਟੂ ਦਾ ਸਕੂਲ ਇਨ ਦੀ ਸਿਟੀ ਬਾਏ ਬੱਸ ਦਾ ਅਸਟਰੋਲੋਜਰ ਕੈਰੀਡ ਔਨ ਹਿਸ ਜੌਬ ਕੈਰੀਡ ਔਨ ਹਿਸ ਜੌਬ ਇਸ ਦਾ ਜਿਹੜਾ ਅਨਸਰ ਆਪਾਂ ਮੈਂ ਤੁਹਾਨੂੰ ਦੱਸ ਦਾਂਗਾ ਇਸ ਦਾ ਆ ਜਾਊਗਾ ਹਾਂਜੀ E ਦਾ ਆਪਣੇ ਕੋਲੇ ਹੈਗਾ ਟਰੀ ਤੇ ਜਿਹੜਾ ਆਪਣੇ ਕੋਲ ਥਰਡ ਸੀਗਾ ਨਾ ਥਰਡ ਦਾ ਜਿਹੜਾ ਹੈਗਾ ਇਸ ਦਾ ਗਲਤ ਹੈਗਾ ਸੌਰੀ ਟਰੀ ਨਹੀਂ ਆਉਣਾ ਇਸ ਦਾ ਹੋਊਗਾ ਮੈਂਟਲ ਪੀਸ ਠੀਕ ਹੈ 멘ਟਲ ਪੀ ਸੀ ਇਸ ਦਾ ਆਨਸਰ ਆ ਥਰਡ ਦਾ ਨੋਟ ਕਰ ਲਓ ਅਗਲਾ ਹੈਗਾ ਆਪਣੇ ਕੋਲੇ ਬਲਦੀਓ ਐਕਸ ਲੁੱਕ ਵੈਰੀ ਉਹ ਕੀ ਲੱਗ ਰਿਹਾ ਸੀਗਾ ਤਾਂ ਇਸ ਦਾ ਜਿਹੜਾ ਹੈਗਾ ਆਪਣੇ ਕੋਲ ਐਫ ਦਾ ਆਨਸਰ ਆਏਗਾ ਇੱਥੇ ਇਹਨਾਂ ਨੇ ਆਪਸ਼ਨ ਪਤਾ ਨਹੀਂ ਕਿੱਧਰ ਗਈ ਇਸ ਦੀ ਹਾਂਜੀ ਨੀਚੇ ਆ ਗਈ ਆ ਪਈਆ ਇਸ ਦਾ ਜਿਹੜਾ ਆਨਸਰ ਆ ਉਹ ਆ ਹੈਗਾ ਫ੍ਰੈਗਲ ਤਾਂ ਇਸ ਦਾ ਨੋਟ ਕਰ ਲਓ ਇਸ ਤੋਂ ਬਾਅਦ ਨੈਕਸਟ ਆਪਣੇ ਕੋਲ ਹੈਗਾ ਜੀ ਜੀ ਇੱਧਰ ਆ ਗਿਆ ਠੀਕ ਹੈ देयर वाज ਅ ਸ਼ੋਪਿੰਗ ਸੈਂਟਰ ਐਂਡ ਦੀ ਬੈਕ ਆਫ ਦੀ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਦੇ ਪਿੱਛੇ ਜਿਹੜਾ ਹੈਗਾ ਸੀਗਾ ਕੋਈ ਜਿਹੜਾ ਹੈਗਾ ਸ਼ੋਪਿੰਗ ਸੈਂਟਰ ਸੀਗਾ ਤਾਂ ਇਸ ਦਾ ਜਿਹੜਾ ਆਨਸਰ ਆ ਕੋ ਫਾਊਗਾ ਆਪਣੇ ਕੋਲੇ ਫਾਲਸ ਡੂਰਿੰਗ ਹਿਸ ਯੂਥ ਰਹੀਮ ਖਾਨ ਵੈਂਟ ਟੂ ਜੁਆਇਨ ਕੀ ਜੁਆਇਨ ਕਰਨ ਲਈ ਚਲਾ ਗਿਆ ਸੀਗਾ ਜਿਹੜਾ ਰਹੀਮ ਖਾਨ ਸੀਗਾ ਐਚ ਦਾ ਆਨਸਰ ਆਪਾਂ ਦੇਖਦੇ ਆਂਗੇ ਹਾਂਜੀ ਜਿਹੜਾ ਐਚ ਦਾ ਆਨਸਰ ਹੈ ਤੁਸੀਂ ਆਪਣੇ ਆਪ ਲੱਭਣਾ ਇਸ ਤੋਂ ਅੱਗੇ ਆਈਏਗਾ ਵੀ ਆਰ ਡੈਸ ਇਨ ਵੀ ਆਰ ਡੈਸ ਇਨ ਮਿਲਕ ਪ੍ਰੋਡਕਸ਼ਨ ਵੀ ਫਸਟ ਜਾਂ ਸੈਕੰਡ ਇਹ ਤੁਸੀਂ ਨੇ ਦੇਖਣਾ ਹੈ ਕਿ ਇਹਦਾ ਆਨਸਰ ਕੀ ਆਊਗਾ ਨੈਕਸਟ ਆਏਗਾ ਆਪਣੇ ਕੋਲੇ ਜੇ ਰਹੀਮ ਖਾਨ ਮੈਰਿਡ ਹਿੰਦੂ ਗਰ ਰਾਧਾ ਇਸ ਦਾ ਟru ਜਾਂ ਫਾਲਸ ਇਹਨਾਂ ਨੇ ਪੁੱਛਿਆ ਤਾਂ ਤੁਸੀਂ ਨੇ ਇਸ ਦਾ ਜਿਹੜਾ ਆਨਸਰ ਹੈਗਾ ਉਹ ਦੇਖਣਾਗਾ ਇਸ ਤੋਂ ਬਾਅਦ ਨੈਕਸਟ ਆਗਾ ਆਪਣੇ ਕੋਲੇ ਕੇ ਵੀ ਐਕਸਪੈਕਟ ਫਰੋਮ ਰੇਲਵੇ ਟੂ ਪ੍ਰੋਵਾਈਡ ਅਸ ਕਲੀਨ ਰੋਡ ਫੂਡ ਬਾਥਰੂਮ ਜਾਂ ਸਟੇਸ਼ਨਸ ਇਹਦਾ ਸੈਡ ਆਪਣੇ ਕੋਲੇ ਸਟੇਸ਼ਨ ਆਊਗਾ ਠੀਕ ਹੈ ਜੀ ਅਗਲਾ ਹੈਗਾ ਦ ਸਟ੍ਰੋਲਜਰ ਹੈਡ ਸਟੈਬਲਡ ਅ ਮੈਨ ਗੁਰੂ ਨਾਨਕ ਠੀਕ ਹੈ ਜੀ ਇਸ ਦਾ ਹੋਊਗਾ ਆਪਣੇ ਕੋਲੇ ਟ੍ਰੂ ਤਾਂ ਇਹ ਜਿਹੜਾ ਆਨਸਰ ਸੀਗੇ ਨੋਟ ਕਰ ਲਓ ਨੈਕਸਟ ਆ ਗਿਆ ਆਪਣੇ ਕੋਲੇ ਰੀਡ ਦਾ ਲਾਈਨਸ 기ਵਨ ਬਿਲੋ ਐਂਡ ਆਨਸਰ ਦੀ ਕੁਐਸ਼ਨਸ ਦੈਟ ਫਾਲੋ ਠੀਕ ਹੈ ਜਿਹੜੇ ਆਨਸਰ ਫਾਲੋ ਕਰ ਰਹੇ ਨੇ ਆਪਾਂ ਉਹਨਾਂ ਨੂੰ ਆਨਸਰ ਦ ਕਰਨਾ ਹੈਗਾ ਆਪਣੇ ਕੋਲੇ ਇਹ ਦਿੱਤਾ ਹੋਇਆ ਸਟੈਂਜਾ ਉੱਤੇ ਠੀਕ ਹੈ ਜੀ ਸਟੈਂਜੀ ਚੋਂ ਆਪਣੇ ਦੇਖ ਕੇ ਨੀਚੇ ਲਿਆਂਦੇ ਆਨਸਰ ਦੇਣੇ ਨੇ ਜਿਵੇਂ ਕਿ ਕੋਈ ਆਨਸਰ ਆਪਣੇ ਕੋਈ ਇਹਨਾਂ ਦੇ ਵਿੱਚੋਂ ਦੇਣੇ ਹੋਣਗੇ ਚਾਰਾਂ ਹੀ ਦੇਣੇ ਨੇ ਹਾਂਜੀ ਚਾਰ ਆਏ ਤੁਸੀਂ ਨੇ ਆਨਸਰ ਨੇ ਜਿਹੜੇ ਆਪਣੀ ਬੁੱਕ ਵਿੱਚ ਜਾਂ ਨੋਟਬੁੱਕ 'ਚੋਂ ਲੱਭ ਲੈਣਾ ਇਹਨਾਂ ਦੇ ਆਨਸਰ ਇਸ ਤੋਂ ਬਾਅਦ ਨੈਕਸਟ ਆਪਣੇ ਕੋਲ ਆ ਰਿਹਾ ਸੈਂਟਰ ਰੇਡੀਆ ਸੈਂਟਰ ਰੇਡੀਆ ਆਪਾਂ ਕਰਨਾ ਹੈਗਾ ਉਪਗ੍ਰੁਪਤਾ ਦਾ ਠੀਕ ਹੈ ਜੀ ਜਾਂ ਮਦਰਡੇ ਦਾ ਇਹ ਆਪਾਂ ਨੂੰ 3 ਨੰਬਰ ਦਾ ਇਸ ਤੋਂ ਬਾਅਦ ਨੀਚੇ ਕੁਐਂਸ਼ਨ ਆਉਣੇ ਨੇ ਕਿ ਆਪਾਂ ਨੇ ਕੋਈ ਇਹਨਾਂ ਵਿੱਚੋਂ ਤਿੰਨ ਕਰਨੇ ਨੇ ਇਹ ਹੈਗੇ ਨੇ ਆਪਣੇ ਕੋਲੇ 5 ਤਾਂ ਹੀ ਹੈਗੇ ਨੇ ਜਿਹੜੇ ਪੰਜੇ ਤਿੰਨੇ ਨੇਗੇ ਇਹ 3-3 ਨੰਬਰ ਦੇ ਨੇਗੇ ਸੌਰੀ 2-2 ਨੰਬਰ ਦੇ ਨੇਗੇ ਤਾਂ ਕਰਕੇ 6 ਨੰਬਰ ਦੇ ਹੋਗੇ ਨੈਕਸਟ ਆਪਣੇ ਕੋਲੇ ਹੈਗਾ ਆਨਸਰ ਦੀ ਫੋਲੋਇੰਗ ਕੁਐਂਸ਼ਨਸ ਐਨੀ 3 ਇਹਨਾਂ ਦੇ ਵਿੱਚੋਂ ਕੋਈ ਤਿੰਨ ਠੀਕ ਹੈ ਜੀ ਜਿਹੜੇ ਦਿੱਤੇ ਹੋਏ ਨੇਗੇ ਇਹ ਵੀ ਹੈਗੇ ਨੇ ਆਪਣੇ ਕੋਲ ਦੋ ਦੋ ਨੰਬਰ ਦੇ ਇਸ ਤੋਂ ਬਾਅਦ نیچے ਆ ਕੇ 10ਵੇਂ ਨੰਬਰ ਤੇ गिव ਅ ਬਰੀਫ ਪੈਨ ਪੋਰਟਰੇਟ ਆਫ ਗ੍ਰੈਂਡ ਮਦਰ ਮਤਲਬ ਗ੍ਰੈਂਡ ਮਦਰ ਦੇ ਬਾਰੇ ਦੱਸਣਾ ਇਸ ਦੇ ਵਿੱਚ ਔਰ ਆ ਇਹਨਾਂ ਦੋਨੋਂ ਵਿੱਚੋਂ ਕੋਈ ਇੱਕ ਕਰ ਸਕਦੇ ਹੋ ਤੁਸੀਂ ਕਲਰ ਨੂੰ ਵਿਜ਼ਨ ਆਫ ਇੰਡੀਆ ਵੀ ਕਰ ਸਕਦੇ ਹੋ ਇਹ ਤਿੰਨ ਨੰਬਰ ਦਾ نیچے ਆ ਗਿਆ ਕੈਰੈਕਟਰ ਸਕੈਚ ਆਫ ਰੀਮ ਖਾਨ ਜਾਂ ਬਰੀਫ ਕੈਰੈਕਟਰ ਸਕੈਚ ਆਫ ਮਬੈਲ ਡਿਓ ਤਾਂ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਇੱਕ ਦਾ ਤੁਸੀਂ ਨੇ ਆਨਸਰ ਦੇਣਾਗਾ ਚਲੋ ਮੈਂ ਤੁਹਾਨੂੰ ਇਹਨਾਂ ਦੀ ਜਿਹੜੇ ਹੈਗੇ ਨੇ ਉਹ ਆਨਸਰ ਦਿਖਾ ਦਿੰਦਾ ਠੀਕ ਹੈ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਸੀਗੇ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ ਸੋਚੋ ਨਾ ਠੀਕ ਹੈ ਜੀ ਕਿਉਂਕਿ ਦੇਖ ਸਕਦੇ ਤੁਸੀਂ ਅਪਗੁਪਤਾ ਅਪਗੁਪਤਾ ਦਾ ਸੈਂਟਰ ਆਈਡੀਆ ਅਪਗੁਪਤਾ ਇਸ ਅ ਬਿਊਟੀਫੁੱਲ ਪੋਇਮ ਰਿਟਨ ਬਾਇ ਰਵਿੰਦਰਨਾਥ ਟੈਗੋਰ ਇਟ ਗਿਵਸ ਅ ਬਿਊਟੀਫੁੱਲ ਮੈਸੇਜ ਆਫ ਗੁਪਤਾ ਵਾਸ ਟ੍ਰੂ ਐਸਕੇਟਿਕ ਹੀ ਵਾਸ ਫੋਰgiving ਬਾਇ ਨੇਚਰ ਹੀ ਹੈਡ ਅ ਵੰਡਰਫੁਲ ਸੈਲਫ ਕੰਟਰੋਲ ਹੀ ਫੈਲਟ ਨੋ ਹੈਜੀਟੇਸ਼ਨ ਇਨ ਨਰਸਿੰਗ ਅ ਊਮਨ ਹੂ ਵਾਸ ਸਫਰਿੰਗ ਫਰਮ ਅ ਹਾਰਰਿਬਲ ਡਿਸੀਜ਼ ਥਿਸ ਪੈਮ ਇਜ਼ ਅ ਗ੍ਰੇਟ ਟ੍ਰਿਬਿਊਟ ਟੂ ਅਪਗੁਪ ਇਹ ਤੁਹਾਡਾ ਆਨਸਰ ਹੈ ਨੋਡ ਕਰ ਲਓ ਸੈਂਟਰ ਰੇਡੀਆ ਨੈਕਸਟ ਸੈਂਟਰ ਰੇਡੀਆ ਹੈਗਾ ਆਪਣੇ ਕੋਲੇ ਮਦਰ ਦਾ ਠੀਕ ਹੈ ਜੀ ਮਦਰ ਹੈਜ਼ ਜਿਵੇਂ ਕਿ ਦਿੱਤਾ ਹੋਇਆ ਇਹ ਤੁਸੀਂ ਇਹ ਪੜ ਲੈਣਾ ਠੀਕ ਹੈ ਜੀ ਵੈਰੀ ਵੈਰੀ ਸਿੰਪਲ ਵਰਡਿੰਗ ਦੇ ਵਿੱਚ ਆ ਬਾਕੀ ਤੁਸੀਂ ਆਪਣੀ ਨੋਟਬੁੱਕ ਚੋਂ ਦੇਖ ਸਕਦੇ ਹੋ ਠੀਕ ਹੈ ਜੀ ਜਿਹੜੇ ਆ ਕਵੈਸ਼ਨ ਨੇ ਕਿ ਤੁਸੀਂ ਇਹ ਵੀ ਜ਼ਰੂਰ ਪੜ੍ਹ ਲੈਣਾ ਠੀਕ ਹੈ ਜੀ ਸੋਦਾ ਬਾਰੇ ਦਿੱਤਾ ਹੋਇਆ ਸੋਦਾ ਦਾ ਕੈਰੇਕਟਰ ਆ ਇਹ ਇਹ ਨੋਟ ਕਰ ਲੈਣਾ ਹੀ ਕਾਫੀ ਜਿਆਦਾ ਇੰਪੋਰਟੈਂਟ ਨੇ ਆ ਗ੍ਰੈਂਡਮਦਰ ਦਾ ਜਿਹੜਾ ਕੈਰੇਕਟਰ ਹੈਗਾ ਇਹ ਇਸ ਦੇ ਵਿੱਚ ਇਹ ਆਨਸਰ ਆ ਕਿ ਗ੍ਰੈਂਡਮਦਰ ਦੇ ਕੈਰੇਕਟਰ ਦਾ ਇਸ ਨੂੰ ਨੋਟ ਕਰ ਲਓ ਇਸ ਤੋਂ ਬਾਅਦ ਬਲਦੇਵ ਵਾਲਾ ਜਿਹੜਾ ਕਵੈਸ਼ਨ ਸੀਗਾ ਉਸ ਦਾ ਜਿਹੜਾ ਆਨਸਰ ਉਹ ਇਸ ਪ੍ਰਕਾਰ ਆ ਤਾਂ ਇਸ ਤੋਂ ਬਾਅਦ ਜਿਹੜਾ ਨੈਕਸਟ ਹੈਗਾ ਆਪਣੇ ਕੋਲੇ ਆਰ ਕੀ ਨਰੈਣ ਐਸਟ੍ਰੋਲੋਜਰ ਵਾਲਾ ਜਿਹੜਾ ਕਵੈਸ਼ਨ ਹੁੰਦਾਗਾ ਠੀਕ ਹੈ ਜੀ ਇਹ ਕਾਫੀ ਜਿਆਦਾ ਇੰਪੋਰਟੈਂਟ ਆ ਤਾਂ ਇਸ ਨੂੰ ਵੀ ਤੁਸੀਂ ਨੇ ਪੜ੍ਹ ਲੈਣਾ ਵੀ ਠੀਕ ਹੈ ਜੀ ਇੱਕ ਵਾਰੀ ਆਪਾਂ ਜਿਹੜੇ ਕੁਐਸ਼ਨ ਨੇ ਤੁਹਾਨੂੰ ਮੈਂ ਦੁਬਾਰਾ ਤੋਂ ਦਿਖਾ ਦੇਵਾਂ ਤੁਸੀਂ ਉਹ ਆਪਣੀ ਬੁੱਕ ਵਿੱਚੋਂ ਉਹਨਾਂ ਦੇ ਆਨਸਰ ਲੱਭ ਲੈਣੇ ਆ ਠੀਕ ਹੈ ਜੀ ਤਾਂ ਜਿਵੇਂ ਕਿ ਦਿੱਤੇ ਹੋਏ ਨੇਗੇ ਤੁਸੀਂ ਇਸ ਨੂੰ ਦੇਖੋ ਇਹਨਾਂ ਕੁਐਸ਼ਨਾਂ ਨੂੰ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤਾਂ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇਹੀ ਪੇਪਰ ਸ਼ੇਅਰ ਕਰਨਾ ਸੀ ਜੇਕਰ ਤੁਹਾਨੂੰ ਸੈਂਪਲ ਪੇਪਰ ਨੰਬਰ 2 ਵੀ ਚਾਹੀਦਾ ਤਾਂ ਨੀਚੇ ਕਮੈਂਟ ਬਾਕਸ ਵੀ ਜਰੂਰ ਦੱਸ ਦੇਣਾ ਮੈਨੇ ਸਾਡੇ ਨਾਲ ਸੈਂਪਲ ਪੇਪਰ ਨੰਬਰ 2 ਵੀ ਸ਼ੇਅਰ ਕਰੋ ਇਹ ਸੀ ਤੁਹਾਡੀ ਪੇਪਰ ਦੀ ਪ੍ਰੈਕਟਿਸ ਦੇ ਲਈ ਇੱਕ ਪੇਪਰ ਤਾਂ ਵੀਡੀਓ ਨੂੰ ਐਂਡ ਤੱਕ ਤੁਸੀਂ ਨੇ ਦੇਖਿਆ ਹੋਊਗਾ ਜੇਕਰ ਤੁਹਾਨੂੰ ਪੀਡੀਐਫ ਚਾਹੀਦਾ ਪੀਡੀਐਫ ਦੇ ਲਈ ਆਪਣੇ ਟੈਲੀਗ੍ਰam ਗਰੁੱਪ ਨੂੰ ਹੁਣੇ ਦੀ ਹੁਣੇ ਜੁਆਇਨ ਕਰ ਲਓ ਅਤੇ ਵਟਸਐਪ ਗਰੁੱਪ ਨੂੰ ਵੀ ਜੁਆਇਨ ਕਰ ਲਓ ਦੋਨੇ ਗਰੁੱਪਾਂ ਦੀ ਵਿੱਚੋਂ ਕਿਸੇ ਇੱਕ ਗਰੁੱਪ ਦੇ ਵਿੱਚ ਆਪਾਂ ਪੀਡੀਐਫ ਪਾ ਦੇਵਾਂਗੇ ਠੀਕ ਹੈ ਜੀ ਪ تنवا